ਸਸ਼ੀਕਾਲ ਜੀ ਮੈਂ ਚਰਨਜੀਤ ਕੌਰ ਅਖਰਾ ਤੁਸੀਂ ਦੇਖ ਰਹੇ ਹੋ ਸਾਡਾ ਟੀਵੀ ਚੈਨਲ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਕੱਲ 10 ਮਾਰਚ ਚ ਤਰੀਕ ਹੈ ਜਿਵੇਂ ਕਿ ਕੱਲ ਨੂੰ ਚੋਣਾਂ ਦੇ ਨਤੀਜੇ ਆਉਣਗੇ ਤੇ ਕੱਲ ਨੂੰ ਸਵੇਰ ਤੋਂ ਹੀ ਸ਼ੁਰੂ ਹੋ ਜਾਣਗੇ ਕਿ ਕਿਹੜੇ ਹਲਕਿਆਂ ਤੋਂ ਕਿਹੜਾ ਉਮੀਦਵਾਰ ਅੱਗੇ ਹੈ ਜਾਂ ਕਿਹੜਾ ਉਮੀਦਵਾਰ ਜਿੱਤ ਹਾਸਲ ਕਰ ਸਕਦਾ ਹੈ ਇਸ ਵਾਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਚੰਨੀ ਸਰਕਾਰ ਦੀ ਕਾਰਗੁਜ਼ਾਰੀ ਦੇ ਨਜ਼ਾਰੇ ਕੱਲ ਨੂੰ ਪਤਾ ਲੱਗਣਗੇ ਕਿ ਚੰਨੀ ਸਰਕਾਰ ਤੋਂ ਲੋਕੀ ਕਿੰਨਾ ਖੁਸ਼ ਸੀ ਤੇ ਕੀ ਇਸ ਵਾਰ ਵੀ ਲੰਗੜੀ ਸਰਕਾਰ ਬਣੇਗੀ ਜਿਹੜੀ ਜੋ ਜਿਹੜੀ 1979 ਦੇ ਵਿੱਚ ਸਰਕਾਰ ਬਣੀ ਸੀ ਲੰਗੜੀ ਸਰਕਾਰ ਬਣੀ ਸੀ ਪੰਜਾਬ ਵਿਧਾਨ ਸਭਾ ਉਦੋਂ 104 ਮੈਂਬਰੀ ਪੰਜਾਬ ਵਿਧਾਨ ਸਭਾ ਬਣਦੀ ਸੀ ਜਿਸ ਦੇ ਵਿੱਚ 1979 ਦੇ ਵਿੱਚ 48 ਵੋਟਾਂ 48 ਸੀਟਾਂ ਲੈ ਕੇ ਗਈ ਸੀ ਕਾਲੀ ਸਰਕਾਰ 38 ਲੈ ਕੇ ਗਈ ਸੀ ਕਾਂਗਰਸ ਸਰਕਾਰ 4 ਲੈ ਕੇ ਗਈ ਸੀ ਆਜ਼ਾਦ ਤੇ ਬਾਕੀ 17 ਜਾਂ 18 ਸੀਟਾਂ ਹੋਰ ਉਮੀਦਵਾਰ ਲੈ ਕੇ ਗਏ ਸੀ ਤੇ ਉਸ ਵਾਰ ਵੀ ਲੰਗੜੀ ਸਰਕਾਰ ਬਣੀ ਸੀ ਤੇ ਕੀ 53 ਸਾਲਾਂ ਬਾਅਦ ਇਹ ਨਜ਼ਾਰਾ ਆਪਾਂ ਨੂੰ ਵੇਖਣ ਨੂੰ ਮਿਲੇਗਾ ਫਿਰ 2022 ਦੇ ਵਿੱਚ ਕਿਉਂਕਿ ਇਹ ਤਾਂ ਆਪਾਂ ਸਾਰੇ ਜਾਣੂ ਆ ਇਸ ਤੋਂ ਕਿ ਇਸ ਵਾਰ ਵੀ ਬਹੁਮਤ ਕਿਸੇ ਇੱਕ ਇੱਕ ਪਾਰਟੀ ਨੂੰ ਤਾਂ ਮਿਲੇਗੀ ਨਹੀਂ ਜਿਹੜੀ 2017 ਦੇ ਵਿੱਚ ਕੈਪਟਨ ਸਰਕਾਰ ਨੇ 77 ਸੀਟਾਂ ਲੈ ਕੇ ਬਹੁਮਤ ਹਾਸਲ ਕੀਤਾ ਸੀ ਇਸ ਵਾਰ ਤਾਂ ਨਹੀਂ ਲੱਗਦੀ ਕਿ ਕਾਂਗਰਸ ਸਰਕਾਰ ਬਹੁਮਤ ਸਰਕਾਰ ਬਹੁਮਤ ਸੀਟਾਂ ਲੈ ਕੇ ਜਾ ਸਕਦੀ ਹੈ ਜਾਂ ਬਹੁਮਤ ਲੈ ਕੇ ਜਾ ਸਕਦੀ ਹੈ ਇਸ ਤੋਤਾ ਆਪਾਂ ਇਹ ਵੀ ਵੇਖ ਸਕਦੇ ਹਾਂ ਕਿ ਨਾ ਤਾਂ ਆਮ ਆਦਮੀ ਪਾਰਟੀ ਬਹੁਮਤ ਸੀਟਾਂ ਲੈ ਕੇ ਜਾ ਸਕਦੀ ਹੈ ਭਾਵਾਂ ਦੀ ਐਗਜ਼ਿਟ ਪੋਲਾਂ ਨੇ ਇਸ ਵਾਰ ਚਾਹੇ ਐਗਜ਼ਿਟ ਪੋਲਾਂ ਨੇ ਆਮ ਆਦਮੀ ਪਾਰਟੀ ਨੂੰ ਜੇਤੂ ਕਰਾਰ ਦੇ ਦਿੱਤਾ ਪਰ ਜੇਤੂ ਕਰਾਰ ਤਾਂ 2017 ਦੇ ਵਿੱਚ ਵੀ ਦਿੱਤਾ ਸੀ ਉਸ ਦੇ ਵਿੱਚ ਵੀ ਐਗਜ਼ਿਟ ਪੋਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਲੀਅਰ ਤੇ ਕਲੀਅਰ ਕਹਿ ਦਿੱਤਾ ਸੀ ਵੀ ਇਹ ਹੀ ਜਿੱਤੇਗੀ ਪਰ ਐਂਡ ਨੂੰ ਲੈ ਕੇ ਗਈ ਸੀ ਬਹੁਮਤ ਕਾਂਗਰਸ ਸਰਕਾਰ ਕਿਉਂਕਿ ਉਦੋਂ ਕਾਲੀਆਂ ਦੇ ਕਾਂਗਰਸ ਦਾ ਅੰਦਰਖਾਤੇ ਗੱਠ ਜੋੜ ਹੋ ਗਿਆ ਸੀ ਤੇ ਇਸ ਵਾਰ ਦੇਖਣਾ ਹੋਵੇਗਾ ਕਿ ਕੀ ਇਸ ਵਾਰ ਵੀ ਬਹੁਤ ਮਤ ਕੋਈ ਲੈ ਕੇ ਜਾ ਸਕਦੀ ਹੈ ਪਰ ਆਮ ਜਨਤਾ ਦੀ ਰਾਏ ਤਾਂ ਇਹੀ ਹੈ ਤੇ ਆਮ ਜਨਤਾ ਦੇ ਐਗਜ਼ਿਟ ਪੋਲ ਜੇ ਸਹੀ ਵੇਖੀਏ ਨਾਟਾ ਪੀੜ ਪ੍ਰਮੋਸ਼ਨ ਦੇਖੀਏ ਤੇ ਉਹਨਾਂ ਦੀ ਇਹੀ ਰਾਏ ਹੈ ਵੀ ਇਸ ਵਾਰ ਵੀ ਸ਼ਾਇਦ 53 ਸਾਲਾਂ ਬਾਅਦ ਇਹ ਇਤਿਹਾਸ ਰਚਿਆ ਜਾਵੇਗਾ ਕਿ ਲੰਗੜੀ ਸਰਕਾਰ ਬਣੇਗੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਪੰਜਾਬ ਵਿਧਾਨ ਸਭਾ ਦੇ ਵਿੱਚ ਲੰਗੜੀ ਸਰਕਾਰ ਜਾਵੇਗੀ ਕਿਉਂਕਿ ਕਈ ਨਿਊਜ਼ ਚੈਨਲਾਂ ਨੇ ਜਾਂ ਕਈ ਇਹੋ ਜਿਹੀ ਨਿਊਜ਼ ਰਿਪੋਰਟਰਾਂ ਨੇ ਕਹਿ ਦਿੱਤਾ ਹੈ ਕਿ 100 ਸੀਟਾਂ ਆਮ ਆਦਮੀ ਪਾਰਟੀ ਲੈ ਕੇ ਜਾਵੇਗੀ ਪਰ ਇਹ ਤਾਂ ਕਿਤੇ ਵੀ ਪੋਸੀਬਲ ਨਹੀਂ ਹੈ ਕਿ 100 ਸੀਟਾਂ ਕੋਈ ਵੀ ਪਾਰਟੀ ਲੈ ਕੇ ਜਾਵੇਗੀ ਨਾ ਤਾਂ ਇਹ ਕਾਂਗਰਸ ਪਾਰਟੀ ਲੈ ਕੇ ਜਾ ਸਕਦੀ ਹੈ ਨਾ ਹੀ ਅਕਾਲੀ ਸਰਕਾਰ ਲੈ ਕੇ ਜਾ ਸਕਦੀ ਹੈ ਤੇ ਨਾ ਹੀ ਆਮ ਆਦਮੀ ਪਾਰਟੀ ਲੈ ਕੇ ਜਾ ਸਕਦੀ ਹੈ ਇਸ ਵਾਰ ਪਹਿਲਾਂ ਆਪਾਂ ਵੇਖੇ ਕਿ ਪਹਿਲਾਂ ਦੇ ਸਮੇਂ ਦੇ ਵਿੱਚ ਸਿਰਫ ਦੋ ਰਾਸੀ ਪਾਰਟੀਆਂ ਹੁੰਦੀਆਂ ਸੀ ਜਿਹੜੀਆਂ ਸੱਤਾ ਦੇ ਵਿੱਚ ਰਾਜ ਕਰਦੀਆਂ ਸੀ ਕਾਲੀ ਤੇ ਕਾਂਗਰਸ ਪਰ 2017 ਦੇ ਵਿੱਚ 2017 ਦੇ ਵਿੱਚ ਆਮ ਆਦਮੀ ਪਾਰਟੀ ਦੇ ਆਉਣ ਦੇ ਨਾਲ ਰਾਸੀ ਪਾਰਟੀਆਂ ਸ਼ਾਇਦ ਇੱਕ ਕੋਰਨਰ ਦੇ ਵਿੱਚ ਲੱਗਦੀਆਂ ਵਿਖਾਈ ਦਿੱਤੀਆਂ ਤੇ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਹੱਲਾ ਜ਼ਿਆਦਾ ਵੇਖ ਕੇ ਉਹ 2017 ਦੇ ਵਿੱਚ ਵੀ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਪਰ ਬਣ ਗਈ ਕਾਂਗਰਸ ਦੀ ਸਰਕਾਰ ਕੀ ਇਸ ਵਾਰੀ 2022 ਦੇ ਵਿੱਚ ਵੀ 17 ਵਾਲਾ ਇਤਿਹਾਸ ਰਿਪੀਟ ਹੋਵੇਗਾ ਕਿ ਹੱਲਾ ਆਮ ਆਦਮੀ ਪਾਰਟੀ ਦਾ ਤੇ ਹੋਰ ਪਾਰਟੀਆਂ ਰਲ ਜਵੇ ਪਰ ਸਿਰਫ ਤੇ ਸਿਰਫ ਐਦ ਕੀ ਵੇਖਿਆ ਕਿ ਆ ਜੰਨੀਆਂ ਵੀ ਕਾਂਗਰਸ ਦੀਆਂ ਕਾਂਗਰਸ ਦੀ ਹੈ ਕਾਂਗਰਸ ਦਾ ਵੀ ਕਿਸੇ ਦੇ ਨਾਲ ਵੀ ਕੋਈ ਗੱਠ ਜੋੜਨੀ ਆਪਾਂ ਵੇਖਿਆ 117 ਸੀਟਾਂ ਦੇ ਕਾਂਗਰਸ ਸਰਕਾਰ ਲੜਦੀ ਪਈ ਹੈ ਆਮ ਆਦਮੀ ਪਾਰਟੀ ਵੀ 117 ਤੇ ਲੜਦੀ ਪਈ ਆ ਉਹਨਾਂ ਦਾ ਵੀ ਕਿਸੇ ਨਾਲ ਕੋਈ ਗੱਠ ਜੋੜ ਨਹੀਂ ਰਿਹਾ ਇਸ ਵਾਰ ਅਕਾਲੀਆਂ ਦਾ ਬਸਪਾ ਦੇ ਨਾਲ ਗੱਠ ਜੋੜ ਹੋਣ ਕਰਕੇ ਉਹਨਾਂ ਨੇ ਵੀ 117 ਦੇ ਸੀਟਾਂ ਦੇ ਉੱਪਰ ਉਹਨਾਂ ਦੇ ਵੀ ਉਮੀਦਵਾਰ ਵੰਡੇ ਹੋਏ ਨੇ ਜਿਹੜੀ ਭਾਜਪਾ ਦੀ ਹੈ ਉਹਨਾਂ ਦੇ ਨਾਲ ਕੈਪਟਨ ਦੇ ਰਲਣ ਦੇ ਨਾਲ ਢੀਂਸਾ ਦੇ ਰਲਣ ਦੇ ਨਾਲ ਉਹਨਾਂ ਦੀ ਵੀ 117 ਸੀਟਾਂ ਦੇ ਉੱਤੇ ਉਹਨਾਂ ਦੇ ਵੀ ਵੋਟ ਬੈਂਕ ਵੰਡੇ ਹੋਏ ਆ ਜਾਂ ਉਹਨਾਂ ਦੀਆਂ ਵੀ ਸਿਆਸੀ ਪਾਰਟੀਆਂ ਸਿਆਸੀ ਲੀਡਰ ਆ ਜਿਹੜੇ ਵੰਡੇ ਹੋਏ ਆ ਸਿਰਫ ਤੇ ਸਿਰਫ ਦੋ ਪਾਰਟੀਆਂ ਆ ਜਿਹੜੀਆਂ ਇਸ ਟਾਈਮ ਤੇ ਇਕੱਲੀਆਂ ਆ ਉਹਦੇ ਦਮ ਤੇ ਲੜਦੀਆਂ ਪਈਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਵੇਖਣ ਵਾਲਾ ਹੁਣ ਕੱਲ ਨੂੰ 10 ਮਾਰਚ ਨੂੰ ਇਹ ਗੱਲ ਕਲੀਅਰ ਹੋਵੇਗੀ ਕਿ ਕੱਲ ਨੂੰ ਕਿਹਦੀ ਪਾਰਟੀ ਬਣਦੀ ਆ ਕੀ ਜਿਨ੍ਹਾਂ ਦੀਆਂ 117 ਕੀ ਗੱਟਜੋੜ ਕੰਮ ਆਉਂਦਾ ਕਿ ਕੱਲਾ ਪਣ ਕੰਮ ਆਉਂਦਾ ਆ ਕਿਉਂਕਿ ਪਹਿਲਾਂ ਚਾਹੇ ਤਿੰਨ ਪਾਰਟੀਆਂ ਸੀ ਪਰ ਐਸੇ ਜਿਹੜੀਆਂ 2022 ਦੇ ਵਿੱਚ ਜਿਹੜੀਆਂ ਪੰਜਾਬ ਵਿਧਾਨ ਸਭਾ ਚੋਣਾਂ ਆ ਉਹਨਾਂ ਦੇ ਵਿੱਚ ਪੰਜ ਸਿਆਸੀ ਪੰਜ ਸਿਆਸੀ ਪਾਰਟੀਆਂ ਸੀ ਜਿਨ੍ਹਾਂ ਦੇ ਵਿੱਚੋਂ ਦੋ ਰਾਸੀ ਪਾਰਟੀਆਂ ਸੀ ਤੇ ਤੀਜੀਆਂ ਤਿੰਨ ਦੂਜੀਆਂ ਸੀ ਇਹ ਕਾਂਗਰਸ ਅਕਾਲੀ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਨਾਲ ਢੀਂਡਸੀ ਦੀ ਪਾਰਟੀ ਰਲਈ ਸੀ ਤੇ ਨਾਲ ਕੈਪਟਨ ਦੀ ਪਾਰਟੀ ਰਲਈ ਸੀ ਤੇ ਜਿਹੜੀ ਚੌਥੀ ਸੀ ਉਹ ਸਮਾਏ ਸਯੁਕਤ ਮੋਰਚੇ ਦੀ ਸੀ ਸਮਾਜ ਸੁਯੁਕਤ ਮੋਰਚੇ ਨੇ ਜਦੋਂ ਆਪਣੀਆਂ ਚੋਣਾਂ ਲੜਨ ਦਾ ਐਲਾਨ ਕੀਤਾ ਸੀ ਉਦੋਂ ਉਹਨਾਂ ਦਾ ਹੱਲਾ ਗੁੱਲਾ ਬਹੁਤ ਸੀ ਸ਼ਾਇਦ ਉਦੋਂ ਉਸ ਸਮੇਂ ਤੇ ਲੱਗਦਾ ਸੀ ਕਿ ਇਹ ਆਮ ਆਦਮੀ ਪਾਰਟੀ ਨੂੰ ਢਾਹ ਲਾ ਸਕਦੇ ਜਦੋਂ ਇਹਨਾਂ ਨੇ ਅਨਾਉਂਸ ਕੀਤਾ ਸੀ ਵੀ ਸਾਡੀ ਪਾਰਟੀ ਚੋਣਾਂ ਲੜੇਗੀ ਚਾਹੇ ਉਹਨਾਂ ਨੇ ਆਪਣੇ ਆਪਣੇ ਸਮਾਜ ਸੰਯੁਕਤ ਸੰਯੁਕਤ ਸਮਾਜ ਮੋਰਚੇ ਤੋਂ ਬਾਗੀ ਹੋ ਕੇ ਇਹ ਐਲਾਨ ਕੀਤਾ ਸੀ ਚਾਹੇ ਦੂਜੀਆਂ ਜਿਹੜੀਆਂ ਪਾਰਟੀਆਂ ਸੀ ਉਹਨਾਂ ਨੇ ਵਿਰੋਧ ਕੀਤਾ ਸੀ ਕਿ ਇਹ ਚੋਣਾ ਲੜਨਗੇ ਸਮਾਜ ਸੰਯੁਕਤ ਮੋਰਚੇ ਵਾਲੇ ਦੇ ਅਸੀਂ ਇਹਨਾਂ ਦਾ ਸਾਥ ਨਹੀਂ ਦੇਵਾਂਗੇ ਤੇ ਹੁਣ ਕੱਲ ਨੂੰ ਇਹੀ ਦੇਖਣਾ ਹੋਵੇਗਾ ਕਿ ਇਹਨਾਂ ਦਾ ਬਾਗੀ ਹੋ ਕੇ ਲੜਨਾ ਕੰਮ ਆਇਆ ਕਿ ਇਹਨਾਂ ਦੇ ਲਈ ਸਾਰੀ ਉਮਰ ਦੇ ਰੋੜੇ ਪੈਦਾ ਹੋ ਗਏ ਨਾਲੇ ਤਾਂ ਬਗਾਵਤ ਵੀ ਕੀਤੀ ਨਾਲੇ ਅੱਡ ਵੀ ਹੋਏ ਤੇ ਪੱਲੇ ਵੀ ਕੁਝ ਨਹੀਂ ਪਿਆ ਐਗਜ਼ਿਟ ਪੋਲਾਂ ਦੇ ਵਿੱਚ ਕਿਸੇ ਦੇ ਵਿੱਚ ਵੀ ਇਹ ਅਨਾਉਂਸ ਨਹੀਂ ਜਾਂ ਕਿਸੇ ਦੇ ਵਿੱਚ ਵੀ ਕਲੀਅਰ ਨਹੀਂ ਹੋਇਆ ਕਿ ਸਮਾਜ ਸੰਯੁਕਤ ਸਮਾਜ ਮੋਰਚਾ ਵੀ ਪਾਰਟੀ ਕੋਈ ਜਿੱਤ ਸਕਦਾ ਉਹਨਾਂ ਦੇ ਵਿੱਚੋਂ ਕਿਸੇ ਵੀ ਇੱਕ ਉਮੀਦਵਾਰ ਦਾ ਨਾਮ ਇਸ ਵਾਰ ਨਹੀਂ ਆ ਰਿਹਾ ਬਈ ਇਹ ਅੱਗੇ ਜਾ ਰਹੇ ਨੇ ਜਾਂ ਇਹ ਜਿੱਤ ਸਕਦੇ ਨੇ ਆਪਣੇ ਕਿਸੇ ਵੀ ਹਲਕੇ ਦੇ ਵਿੱਚੋਂ ਐਗਜ਼ਿਟ ਪੋਲਾਂ ਨੇ ਆਮ ਆਦਮੀ ਪਾਰਟੀ ਨੂੰ ਕਲੀਅਰ ਤੇ ਕਲੀਅਰ ਡਿਕਲियर ਕਹਿ ਦਿੱਤਾ ਆ ਬਈ ਇਹ ਹੀ ਜਿੱਤਣਗੇ ਪਰ ਜਿਹੜੇ ਲੋਕਾਂ ਦੇ ਅੰਦਰ ਖਾਤੇ ਵੋਟਾਂ ਪਾਈਆਂ ਆਪਣਾ ਗੁਪਤ મતદાન ਦਿੱਤਾ ਇਹ ਤਾਂ ਸਿਰਫ ਕੱਲ ਨੂੰ ਪਤਾ ਲੱਗੇਗਾ ਕਿ ਕਿਹੜੀ ਪਾਰਟੀ ਜਿੱਤਦੀ ਹੈ ਤੇ ਜਿਹੜੀ ਕੈਪਟਨ ਦੀ ਪਿਛਲੇ 2017 ਦੇ ਵਿੱਚ ਕਾਂਗਰਸ ਦੀ ਪਾਰਟੀ ਜਿੱਤੀ ਸੀਗੀ ਉਹਨਾਂ ਨੇ ਕੈਪਟਨ ਨੇ ਸਾਢੇ 4 ਸਾਲ ਪੰਜਾਬ ਤੇ ਰਾਜ ਕੀਤਾ ਆ 3 ਮਹੀਨੇ 3 3-4 ਮਹੀਨੇ ਦੀ 111 ਦਿਨਾਂ ਦੀ ਸਰਕਾਰ ਜਿਹੜੀ ਚੰਨੀ ਸਰਕਾਰ ਚੰਨੀ ਦੀ ਰਹਿ ਗਈ ਹੈ ਇਹ ਹੀ ਹੁਣ ਵੇਖਣਾ ਹੋਵੇਗਾ ਕਿ 111 ਦਿਨਾਂ ਦੀ ਕਾਰਗੁਜ਼ਾਰੀ ਤੋਂ ਲੋਕੀ ਖੁਸ਼ ਸੀ ਯਾ 11 ਦਿਨਾਂ ਦੇ ਵਿੱਚ ਜਿਹੜੇ ਚੰਨੀ ਸਰਕਾਰ ਨੇ ਐਲਾਨ ਕੀਤੇ ਸੀ ਉਹਨਾਂ ਨੇ ਕਿਹਾ ਸੀ ਕਿ ਮੈਂ 36 36000 ਮੁਲਾਜ਼ਮ ਪੱਕੇ ਕੀਤੇ ਨੇ ਮੈਂ ਫਲਾਨੇ ਐਲਾਨ ਕੀਤੇ ਸੀ ਹੋਰ ਐਲਾਨ ਕੀਤੇ ਸੀ ਕਿ ਅਧਿਆਪਕ ਪੱਕੇ ਕੀਤੇ ਨੇ ਮੈਂ ਲੋਕਾਂ ਨੂੰ 5-5 ਮਰਲੇ ਥਾਂ ਦਿੱਤਾ ਹੈ ਤੇ ਕੀ ਉਹ 5-5 ਮਰਲੇ ਦਿੱਤੇ ਜਿਹੜੇ ਜਿਨ੍ਹਾਂ ਨੂੰ ਥਾਂ ਦਿੱਤੇ ਸੀ ਉਹਨਾਂ ਨੇ ਵੀ ਵੋਟਾਂ ਚੰਨੀ ਨੂੰ ਪਾਈਆਂ ਕਿ ਹੋਰ ਕਿਸੇ ਪਾਰਟੀ ਨੂੰ ਪਾ ਕੇ ਉਹਨਾਂ ਨੂੰ ਜੇਤੂ ਘਰਾਰ ਕੀਤਾ ਆ ਇਹ ਤਾਂ ਹੁਣ ਕੱਲ ਨੂੰ 10 ਮਾਰਚ ਨੂੰ ਪਤਾ ਲੱਗੂਗਾ ਕਿ ਕਿਹੜੀ ਕਿਹੜੀ ਪਾਰਟੀ ਐ ਜਿਹੜੀ ਪੂਰੇ ਦੇ ਪੂਰੇ ਉੱਤਰ ਦੀ ਐ ਕਿ ਜਿਹੜੀ ਕਿ ਇਹ 53 ਸਾਲਾਂ ਬਾਅਦ ਇਹ ਇਤਿਹਾਸ ਇੱਕ ਵਾਰੀ ਫਿਰ ਰਚਿਆ ਜਾਵੇਗਾ ਜਿਹੜਾ 1979 ਦੇ ਵਿੱਚ ਰਚਿਆ ਗਿਆ ਸੀ ਉਦੋਂ ਲੰਗੜੀ ਸਰਕਾਰ ਬਣੀ ਸੀ ਤੇ ਕੀ 2022 ਦੇ ਵਿੱਚ ਵੀ ਪੰਜਾਬ ਵਿਧਾਨ ਸਭਾ ਸਭਾ ਦੇ ਵਿੱਚ ਲੰਗੜੀ ਸਰਕਾਰ ਜਾਂਦੀ ਐ ਕਿ ਕੋਈ ਬਹੁਮਤ ਲੈ ਕੇ ਜਾਂਦੀ ਐ ਪਰ ਲੋਕਾਂ ਦਾ ਤਾਂ ਇਹੀ ਕਹਿਣਾ ਕਿ ਕਿਸੇ ਵੀ ਇੱਕ ਪਾਰਟੀ ਨੂੰ ਬਹੁਤ ਮਤ ਨਹੀਂ ਸ਼ਾਇਦ ਮਿਲ ਸਕਦਾ ਇਹ ਲੋਕਾਂ ਦਾ ਕਹਿਣਾ ਆ ਐਸਟ ਪੋਲਾਂ ਵਾਲਿਆਂ ਦਾ ਉਹਨਾਂ ਦੀ ਅਡਾ ਕਿ ਉਹ ਪੇੜ ਪ੍ਰਮੋਸ਼ਨ ਹੁੰਦੇ ਆ ਕਿ ਉਹ ਹੋਰ ਹੁੰਦੀ ਆ ਜਾਂ ਕੋਈ ਆ ਉਹਦੇ ਥੌਟ ਪ੍ਰੋਸੀਜਰ ਦੇ ਨਾਲ ਵੀ ਸੋਚਦੇ ਆ ਵੀ ਸ਼ਾਇਦ ਸਾਨੂੰ ਐ ਲੱਗਦਾ ਉਹਨਾਂ ਦੇ ਕਹਿਣ ਜਾਂ ਸੋਚਣ ਦੇ ਨਾਲ ਕੁਝ ਨਹੀਂ ਹੁੰਦਾ ਇਹ ਆਮ ਜਨਤਾ ਕੀ ਸੋਚਦੀ ਆਮ ਜਨਤਾ ਕੀ ਕਹਿੰਦੀ ਆ ਤੇ ਆਮ ਜਨਤਾ ਦਾ ਰੁਖ ਕਿਸ ਵੱਲ ਵੱਧਦਾ ਜਾ ਹੈ ਜਾਂ ਹੈ ਜਾਂ ਕਿਸ ਵੱਲ ਹੈ ਇਹ ਤਾਂ ਹੁਣ ਕੱਲ ਕੱਲ ਨੂੰ 10 ਮਾਰਚ ਨੂੰ ਹੀ ਪਤਾ ਲੱਗੇਗਾ ਕਿਉਂਕਿ ਅੱਜ ਵੀ ਉਹਨਾਂ ਨੇ ਸੁਖਬੀਰ ਬਾਦਲ ਅੰਮਰਸਰ ਆਏ ਹੋਏ ਸੀ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਕਿਸੇ ਨਾਲ ਗੱਠ ਜੋੜ ਨਹੀਂ ਕਰਾਂਗੇ ਸਾਡਾ ਆਲਰੇਡੀ ਬਸਪਾ ਨਾਲ ਗੱਠ ਜੋੜ ਹੈ ਇਹ ਤਾਂ ਹੁਣ ਕੱਲ ਨੂੰ ਪਤਾ ਲੱਗੇਗਾ ਕਿ ਸੁਖਬੀਰ ਬਾਦਲ ਨੂੰ 117-17 ਦੀਆਂ ਸੀਟਾਂ ਮਿਲਣਗੀਆਂ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਨਾਲ ਉਹਨਾਂ ਨੇ ਬਸਪਾ ਦੇ ਨਾਲ ਗੱਠ ਜੋੜ ਕੀਤਾ ਹੋਇਆ ਕਿ ਉਹਨਾਂ ਨੂੰ ਵੋਟਾਂ ਮਿਲਣਗੀਆਂ ਕਿ ਉਹਨਾਂ ਨੂੰ ਸੀਟਾਂ ਮਿਲਣਗੀਆਂ 117 ਸੀਟਾਂ ਕਿ ਕਾਂਗਰਸ ਨੂੰ ਮਿਲਣਗੀਆਂ ਕਿ ਐਗਜ਼ਿਟ ਪੋਲਾਂ ਵਾਲੇ ਸਹੀ ਹੁੰਦੇ ਨੇ ਇਹ ਤਾਂ ਕੱਲ ਨੂੰ 10 ਮਾਰਚ ਨੂੰ ਪਤਾ ਲੱਗੇਗਾ ਜੇਕਰ ਐਗਜ਼ਿਟ ਪੋਲਾਂ ਵਾਲੇ ਇਸ ਵਾਰ ਵੀ ਸਹੀ ਨਹੀਂ ਰਹੇ ਤੇ ਸ਼ਾਇਦ ਲੋਕਾਂ ਦਾ ਭਰੋਸਾ 2017 ਦੇ ਵਿੱਚ ਤਾਂ ਉੱਠਿਆ ਹੀ ਉੱਠਿਆ ਸੀ ਜਿਹੜਾ 1-2% ਰਹਿ ਗਿਆ ਸੀ ਸ਼ੈਡੋ ਇਸ ਵਾਰ ਵੀ ਨਿਕਲ ਜਾਊਗਾ ਭਲੇਖਾ ਲੋਕਾਂ ਦਾ ਵੀ ਕਿਉਂਕਿ ਲੋਕਾਂ ਨੂੰ ਅਹੀਂ ਲੱਗਣਾ ਵੀ ਇਹ ਤਾਂ ਪੀੜ ਪ੍ਰਮੋਸ਼ਨ ਆ ਜਾਇਆ ਆ ਆਪਦੀ ਆਪਦੀ ਮਰਜ਼ੀ ਨਾਲ ਹੀ ਦੱਸਦੇ ਆ ਲੋਕੀ ਕੀ ਸੋਚਦੇ ਆ ਲੋਕੀ ਕੀ ਕਹਿੰਦੇ ਆ ਇਹਦਾ ਕੱਲ ਨੂੰ ਪਤਾ ਲੱਗੂਗਾ ਤੇ ਜਾਂ ਜਿਹੜੇ ਐਗਜ਼ਿਟ ਪੋਲਾਂ ਵਾਲੇ ਜੇ ਕਿਸੇ ਦਾ ਤੀਰ ਤੁੱਕਾ ਲੱਗ ਗਿਆ ਤਾਂ ਉਹਨਾਂ ਨੇ ਅਹੀਂ ਕਿਹਾ ਕਿ ਨਹੀਂ ਸਾਨੂੰ ਪਤਾ ਸੀ ਸਾਨੂੰ ਹਾਲਾਤਾਂ ਦਾ ਪਤਾ ਸੀ ਸਾਨੂੰ ਪਤਾ ਸੀ ਵੀ ਇਹਨਾਂ ਨੇ ਹੀ ਜਿੱਤਣਾ ਤੇ ਜੇ ਨਹੀਂ ਜਿੱਤੇ ਜੇ ਕਿਸੇ ਦਾ ਤੀਰ ਤੁਕਾ ਲੱਗ ਗਿਆ ਤਾਂ ਵੀ ਵੈਲਨ ਗੁੱਡਾ ਜੇ ਨਹੀਂ ਲੱਗਦਾ ਤੇ ਉਹਨਾਂ ਨੇ ਕਿਹਾ ਸ਼ਾਇਦ ਲੋਕਾਂ ਦੀ ਮਰਜ਼ੀ ਸੀ ਕਿਉਂਕਿ ਲੋਕਾਂ ਨੇ ਵੋਟਾਂ ਪਾਈਆਂ ਸੀ ਇਹ ਹੁਣ ਕੱਲ ਨੂੰ 10 ਮਾਰਚ ਨੂੰ ਪਤਾ ਲੱਗੇਗਾ ਕਿ 1979 ਵਾਲਾ ਇਤਿਹਾਸ ਦੁਹਰਾਇਆ ਜਾਂਦਾ 53 ਸਾਲਾਂ ਬਾਅਦ ਇਹ ਇਤਿਹਾਸ ਦੁਹਰਾਇਆ ਜਾਂਦਾ ਹੈ ਕਿ ਬਹੁਮਤ ਕਿਸੇ ਨੂੰ ਮਿਲਦਾ ਹੈ ਪਰ ਇਹ ਅਸਾਰ ਤਾਂ ਲੱਗ ਨਹੀਂ ਰਿਹਾ ਕਿ ਕਿਸੇ ਨੂੰ ਬਹੁਮਤ ਇੱਕ ਸਿਆਸੀ ਪਾਰਟੀ ਨੂੰ ਮਿਲੇਗੀ ਇਹ ਤਾਂ ਹੁਣ ਕੱਲ ਨੂੰ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਕਿ ਕਿਹਦੀ ਸਰਕਾਰ ਬਣਦੀ ਹੈ ਕਿਹੜੇ ਹਲਕੇ 'ਚ ਕੌਣ ਜਿੱਤਦਾ ਹੈ ਉਦੋਂ ਤੱਕ ਸਾਨੂੰ ਦੋ ਆਜ਼ਾਦਤ ਧੰਨਵਾਦ